अमृतसर दे विचों ट्रेन रवाना हो गई आ ते हुण आपां जा रहे आपणे सफर वर करन। लो वी मित्रो पहुंच गए जी आपां जम्मू दे स्टेशन दे उत्ते। लो वी मित्रो इत्थों चैक करो तुसीं लोकेशन सारी। छोटे छोटे टैंपू किद्दां दे चलदे यार आ देखो। ये झड़ना वा उत्तों पहाड़ां दे विच आ रहा वा। आओ देखो उत्तों के इधर जांदा वा। सत श्री अकाल दोस्तों, मैं अज तुहाडा अपना हरमन भल्लर ते लै के आया तुहाडे वास्ते एक नवा व्लॉग। अज दा व्लॉग जिहड़ा ओह ट्रैवलिंग नाल रिलेटिड आ दोस्तों। जिवें कि तुहानू पता वा मैं ट्रैवल वगैरह करदा रहिंदा वा। ते अज आपां कित्थे जा रहे हां जी? अज आपां जा रहे हां जी जम्मू दे शहर वैष्णो देवी। वैष्णो देवी मत्था टेकन जा रहे हां। हुण तुसीं कहोगे कि तूं ते यार गुरद्वारा साहिब खोना, तेरा वैष्णो देवी जाण दा प्लैन किद्दां बण गया? मेरा प्लैन बणिया दोस्तों टंडन दे करके। असल 'च एक मैरिज सी, ਉਹ ਆਪਾਂ ਜੰਮੂ ਅਟੈਂਡ ਕਰਨ ਜਾਣੀ ਸੀ। ਉਹ ਜੰਮੂ ਅਟੈਂਡ ਕਰਕੇ ਬਾਅਦ ਇਹਦੇ ਕਹਿੰਦਾ ਕਿ ਆਪਾਂ ਵੈਸ਼ਨੋ ਦੇਵੀ ਚੱਲ ਜਾਂਗੇ। ਇਹ ਫਿਰ ਮੈਨੂੰ ਕਹਿੰਦਾ ਯਾਰ ਜੇ ਮੈਂ ਤੇਰੇ ਨਾਲ ਗੁਰਦੁਆਰਾ ਸਾਹਿਬ ਜਾ ਸਕਦਾ ਤਾਂ ਤੂੰ ਮੇਰੇ ਨਾਲ ਕਿਉਂ ਨਹੀਂ ਜਾ ਸਕਦਾ? ਮੈਂ ਯਾਰ ਜੇ ਗੱਲ ਦਿਆਰੀ 'ਤੇ ਆ ਗਈ ਹੈ ਨਾ ਫਿਰ ਆਪਾਂ ਧਰਮਾਂ ਨੂੰ ਵਿੱਚ ਨਹੀਂ ਲਿਆਉਣਾ। ਮੈਂ ਕਿਹਾ ਮੈਂ ਤੇਰੇ ਨਾਲ ਜ਼ਰੂਰ ਜਾਊਂਗਾ, ਮੈਂ ਹਰ ਧਰਮ ਦਾ ਸਤਿਕਾਰ ਕਰਦਾ ਵਾਂ ਅਤੇ ਆਪਾਂ ਮੈਂ ਹਾਂ ਇੰਨਾ ਵਿਚਾਰ ਨਹੀਂ ਕਰਨਾ ਅਤੇ ਯਾਰ ਕੋਈ ਐਡਾ ਚੱਕਰ ਨਹੀਂ ਆ। ਸੀਸ ਜਿਹੜਾ ਸਾਡਾ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਝੁਕਦਾ ਵਾ, ਪਰ ਸਤਿਕਾਰ ਹਰ ਧਰਮ ਦਾ ਵਾ। ਅਤੇ ਬਸ ਆਪਾਂ ਰੇਲਵੇ ਸਟੇਸ਼ਨ 'ਤੇ ਆ ਗਏ ਹਾਂ, ਟਿਕਟਾਂ ਵਗੈਰਾ ਬੁੱਕ ਕਰ ਲਈਆਂ ਵਾ। ਅਤੇ ਜਿੰਨੇ ਹਾਲ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅਤੇ ਸਫ਼ਰ ਜਿਹੜਾ ਉਹ ਸ਼ੁਰੂ ਕਰਨ ਲੱਗੇ ਹਾਂ ਅਤੇ ਮੇਰੇ ਨਾਲ ਆ ਮਿਸਟਰ ਟੰਡਨ, ਜਿਵੇਂ ਕਿ ਤੁਹਾਨੂੰ ਮੈਂ ਦੱਸ ਚੁੱਕਿਆ ਵਾਂ ਪਹਿਲਾਂ ਹੀ। ਅਤੇ ਇੱਥੋਂ ਆਪਾਂ ਚੱਲੇ ਹਾਂ, ਹੁਣ ਸਟਾਰਟ ਕਰਨ ਲੱਗੇ ਹਾਂ ਇਹ ਵਲੋਗ। ਮੈਂ ਕੋਸ਼ਿਸ਼ ਕਰੂੰਗਾ ਥੋੜ੍ਹਾ ਜਿਹਾ ਲੰਬਾ ਬਣੂੰਗਾ, ਜੇ ਲੰਬਾ ਬਣਿਆ ਇਹਨੂੰ ਮੈਂ ਦੋ ਪਾਰਟ ਦੇ ਵਿੱਚ ਕਰ ਦੂੰਗਾ। ਅਤੇ ਮਤਲਬ ਕਿ ਹੁਣ ਆਪਾਂ ਇੱਥੋਂ ਸਿੱਧਾ ਅੰਮ੍ਰਿਤਸਰ ਤੋਂ ਤੁਹਾਨੂੰ ਮਿਲਾਂਗੇ ਜਾ ਕੇ ਜੰਮੂ, ਅਤੇ ਉੱਥੋਂ ਜਿਹੜਾ ਵਾ ਸਫ਼ਰ ਕੰਟੀਨਿਊ ਕਰਾਂਗੇ। ਥੋੜ੍ਹੇ ਜਿਹੇ ਸ਼ੋਟ ਜਿਹੜੇ ਆ ਟ੍ਰੇਨ ਦੇ ਉਹ ਥੋੜ੍ਹੇ ਜਿਹੇ ਮੈਂ ਵਿੱਚ ਵਿਖਾ ਦੂੰਗਾ, ਇੱਕ ਦੋ, ਜ਼ਿਆਦਾ ਨਹੀਂ ਵਿਖਾਊਂਗਾ ਕਿ ਜ਼ਿਆਦਾ ਲੰਬਾ ਵਲੋਗ ਨਾ ਆ ਜਾਵੇ। ਅਤੇ ਬਸ ਆਪਾਂ ਹੁਣ ਜ਼ਿਆਦਾ ਟਾਈਮ ਨਹੀਂ ਵੇਸਟ ਕਰਦੇ, ਚਲੋ ਚੱਲਦੇ ਹਾਂ। ਅੰਮ੍ਰਿਤਸਰ ਦੇ ਵਿੱਚੋਂ ਟ੍ਰੇਨ ਰਵਾਨਾ ਹੋ ਗਈ ਆ ਅਤੇ ਹੁਣ ਆਪਾਂ ਜਾ ਰਹੇ ਹਾਂ ਆਪਣੇ ਸਫ਼ਰ ਵੱਲ ਕੰਟੀਨਿਊ ਕਰਨ। ਅਤੇ ਨਾਲ ਨਾਲ ਤੁਹਾਨੂੰ ਜਿਹੜੀ ਵੀ ਅਪਡੇਟ ਹੈ ਮੈਂ ਨਾਲ ਨਾਲ ਦੱਸੀ ਜਾਊਂਗਾ। ਅਤੇ ਥੋੜ੍ਹਾ ਜਿਹਾ ਮੈਂ ਸ਼ੋਟ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ ਜੀ ਆਪਣੇ ਟ੍ਰੇਨ ਦਾ, ਅਤੇ ਨਾਲ ਨਾਲ ਹੁਣ ਆਪਾਂ ਤੁਹਾਨੂੰ ਮਿਲਦੇ ਹਾਂ ਜੀ ਜੰਮੂ ਵਿੱਚ ਜਾ ਕੇ, ਜੰਮੂ ਸਿਟੀ ਦੇ ਵਿੱਚ ਜਾ ਕੇ। ਤੋ ਪਹੁੰਚ ਚੱਲੇ ਹਾਂ ਅਤੇ ਬਸ ਪਹਾੜੀ ਏਰੀਆ ਸਟਾਰਟ ਹੋ ਚੁੱਕਿਆ ਵਾ। ਪਠਾਨਕੋਟ ਤੋਂ ਅੱਗੇ ਦਾ ਸਫ਼ਰ ਕਰ ਰਹੇ ਹਾਂ ਜੀ, ਅਤੇ ਨਾਲ ਨਾਲ ਜਿਹੜਾ ਰਸਤੇ ਦੇ ਵਿੱਚ ਕੋਈ ਐਕਟੀਵਿਟੀ ਆਊਗੀ ਨਾਲ ਤੁਹਾਨੂੰ ਵਿਖਾਈ ਆਊਂਗਾ। ਇੱਕ ਚੀਜ਼ ਮੈਂ ਪਿੱਛੇ, ਆਪਾਂ ਨਾ ਇੰਜਨ ਦੇ ਬਿਲਕੁਲ ਲਾਗੇ ਬੈਠੇ ਹਾਂ ਅਤੇ ਪਿੱਛੇ ਤੁਹਾਨੂੰ ਮੈਂ ਡੱਬੇ ਵਿਖਾਊਂਗਾ ਜਦੋਂ ਇੱਕ ਟਰਨ ਆਊਗਾ ਕੋਈ, ਅਤੇ ਉਹ ਚੀਜ਼ ਬੜੀ ਮੈਨੂੰ ਸ਼ਾਨਦਾਰ ਲੱਗਦੀ ਆ। ਜੰਮੂ ਤੋਂ ਸਫ਼ਰ ਕਰਦੇ ਹੋਏ ਆਪਾਂ ਜਾ ਰਹੇ ਹਾਂ ਜੀ ਗਾੜੀ ਵੈਸ਼ਨੋ ਦੇਵੀ ਵਾਲੀ ਸਾਈਡ ਨੂੰ, ਅਤੇ ਰਸਤੇ ਵਿੱਚ ਕੁਝ ਸ਼ੋਟ ਜਿਹੜੇ ਮੈਂ ਲੈਣ ਦੀ ਕੋਸ਼ਿਸ਼ ਕਰ ਰਿਹਾ ਵਾਂ। ਅਤੇ ਦੇਖੋ ਜੀ ਇਸ ਤੋਂ ਜਿਹੜਾ ਪਹਾੜ ਵਗੈਰਾ ਸ਼ੁਰੂ ਹੋ ਗਏ ਦਿਖਣੇ ਆਪਾਂ ਨੂੰ, ਅਤੇ ਮੈਂ ਥੋੜ੍ਹੇ ਜਿਹੇ ਨਾ ਇੱਥੇ ਖੁੱਲ੍ਹੇ ਏਰੀਏ ਆ ਉਹ ਵਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗਾ ਇਹ ਵਲੋਗ ਦੇ ਵਿੱਚ। ਜਿਸ ਤਰ੍ਹਾਂ ਕਿ ਆਹ ਦੇਖੋ ਹੁਣੇ ਮੈਂ ਨਾ ਇਧਰਲੀ ਸਾਈਡ 'ਤੇ ਤੁਹਾਨੂੰ ਆਹ ਖੁੱਲ੍ਹਾ ਏਰੀਆ ਦਿਖਾ ਦਿੰਦਾ ਵਾਂ। ਆਹ ਦੇਖੋ ਕਿੰਨੀ ਦੂਰ ਦੂਰ ਤੱਕ ਖੁੱਲ੍ਹਾ ਏਰੀਆ ਵਾ। ਅਤੇ ਇਹਨਾਂ ਨੇ ਨਾ ਇੱਕ ਫਲਾਈਓਵਰ ਬਣਾਇਆ ਜਿਹੜਾ ਕਿ ਸਿਰਫ ਅਤੇ ਸਿਰਫ ਟ੍ਰੇਨ ਦੇ ਮਤਲਬ ਕਿ ਵਾਸਤੇ ਬਣਾਇਆ ਵਾ, ਅਤੇ ਥੱਲੇ ਮਤਲਬ ਕਿ ਪੂਰਾ ਖੁੱਲ੍ਹਾ ਏਰੀਆ। ਦੇਖੋ ਪੁਲ ਦੇ ਉੱਤੇ ਟ੍ਰੇਨ ਚੱਲ ਰਹੀ ਆ ਅਤੇ ਬਹੁਤ ਹੀ ਵਧੀਆ ਸਫ਼ਰ ਆਪਣਾ ਜਾ ਰਿਹਾ ਵਾ। ਅਤੇ ਮੈਂ ਉਮੀਦ ਕਰਦਾ ਤੁਹਾਨੂੰ ਇਹ ਵਲੋਗ ਵੇਖ ਕੇ ਜ਼ਰੂਰ ਵਧੀਆ ਲੱਗੂਗਾ। ਮੇਰੀ ਕੋਸ਼ਿਸ਼ ਇਹੀ ਹੁੰਦੀ ਆ ਕਿ ਤੁਹਾਨੂੰ ਆਪਣੇ ਹਰ ਵਲੋਗ ਦੇ ਵਿੱਚ ਕੋਈ ਵਧੀਆ ਚੀਜ਼ ਹੀ ਵਿਖਾਵਾਂ। ਹੁਣ ਆਹ ਦੇਖੋ ਟ੍ਰੇਨ ਜਿਹੜੀ ਉਹ ਟਰਨ ਕਰ ਰਹੀ ਆ ਅਤੇ ਕਿੱਡੀ ਸੋਹਣੀ ਲੱਗ ਰਹੀ ਆ। ਅਤੇ ਇਸ ਇਹਦੇ ਜਿਹੜੇ ਨਾਲ ਨਾਲ ਵਾਲੇ ਅਪਡੇਟਸ ਆ ਉਹ ਮੈਂ ਤੁਹਾਨੂੰ ਨਾਲ ਨਾਲ ਦਿੰਦਾ ਰਹੂੰਗਾ ਵਲੋਗ ਦੇ। ਅਤੇ ਬਹੁਤ ਵਧੀਆ ਮੇਰਾ ਸਫ਼ਰ ਜਾ ਰਿਹਾ ਵਾ ਅਤੇ ਹੁਣ ਆਪਾਂ ਜੰਮੂ ਤੋਂ ਗਾੜੀ ਕਟਰੇ ਦਾ ਸਫ਼ਰ ਸ਼ੁਰੂ ਕਰਨਾ ਵਾ। ਲਓ ਵੀ ਮਿੱਤਰੋ ਪਹੁੰਚ ਗਏ ਜੀ ਆਪਾਂ ਜੰਮੂ ਦੇ ਸਟੇਸ਼ਨ ਦੇ ਉੱਤੇ ਅਤੇ ਹੁਣੇ ਉਤਰੇ ਹਾਂ। ਅਤੇ ਬਸ ਇੱਥੋਂ ਹੁਣ ਗਾੜੀ ਆਪਾਂ ਸਫ਼ਰ ਸ਼ੁਰੂ ਕਰਨਾ ਜੀ ਆਪਣਾ ਵੈਸ਼ਨੋ ਦੇਵੀ ਵਾਲੀ ਸਾਈਡ ਦਾ, ਅਤੇ ਗਾੜੀ ਤੁਹਾਨੂੰ ਆਪਾਂ ਕੰਟੀਨਿਊ ਰੱਖਾਂਗੇ। ਅਤੇ ਜੰਮੂ ਦੇ ਸਟੇਸ਼ਨ 'ਤੇ ਯਾਰ ਕਾਫੀ ਰਸ਼ ਹੈ ਇਸ ਟਾਈਮ, ਅਤੇ ਆਪਾਂ ਉਤਰ ਕੇ ਆਏ ਹਾਂ ਅਤੇ ਜਾ ਰਹੇ ਹਾਂ ਬਾਹਰਲੀ ਸਾਈਡ ਨੂੰ। ਪਤਾ ਕਰਦੇ ਹਾਂ ਬਾਹਰੋਂ ਬੱਸ ਵਗੈਰਾ ਮਿਲਦੀ ਜਾਂ ਕੋਈ ਟ੍ਰੇਨ ਮਿਲਦੀ ਦੁਬਾਰਾ ਕਟਰੇ ਅੱਗੇ ਜਾਣ ਨੂੰ। ਅਤੇ ਅਜੇ ਆਪਾਂ ਜੰਮੂ ਉਤਰੇ ਹਾਂ, ਇੱਥੋਂ ਅੱਗੇ ਹੋਰ ਸਫ਼ਰ ਹੈਗਾ ਵਾ ਅਤੇ ਗਾੜੀ ਵੇਖਦੇ ਹਾਂ ਜੋ ਜੋ ਕੰਟੀਨਿਊ ਕਰਾਂਗੇ। ਇੱਕ ਘੰਟੇ ਦਾ ਮਤਲਬ ਹੋਰ ਸਫ਼ਰ ਸਾਨੂੰ ਰਾਤ ਪੈਣੀ ਆ ਪਹੁੰਚਦੇ ਪਹੁੰਚਦੇ ਵੈਸ਼ਨੋ ਦੇਵੀ। ਅਤੇ ਬਾਕੀ ਜੋ ਵੀ ਕੰਟੀਨਿਊ ਕਰਾਂਗੇ ਜਿੱਦਾਂ ਤੁਹਾਨੂੰ ਨਾਲ ਨਾਲ ਤੁਹਾਨੂੰ ਦੱਸੀ ਜਾਵਾਂਗੇ। ਲਓ ਵੀ ਦੋਸਤੋ ਪਹੁੰਚ ਗਏ ਹਾਂ ਜੀ ਜੰਮੂ ਦੇ ਸਟੇਸ਼ਨ ਦੇ ਉੱਤੇ, ਅਤੇ ਇੱਥੇ ਨਾ ਯਾਰ ਵੇਖੋ ਮੈਂ ਇੱਕ ਚੀਜ਼ ਨੋਟਿਸ ਕੀਤੀ, ਇਸ ਨਾ ਉਰਦੂ ਦੇ ਵਿੱਚ ਵੀ ਲਿਖਿਆ ਵਾ ਅਤੇ ਇਹ ਕਸ਼ਮੀਰ ਦੇ ਵਿੱਚ ਜ਼ਿਆਦਾ ਉਰਦੂ ਚੱਲਦੀ ਆ। ਅਤੇ ਬਾਕੀ ਇਹਨਾਂ ਨੇ ਲਿਖਿਆ ਟਿਕਟ ਘਰ ਬੁਕਿੰਗ ਕਾਊਂਟਰ ਅਤੇ ਇੱਧਰ ਜਾਨ ਆਹਾਰ
ਤੇ ਇਹ ਕੁਝ ਲਿਖਿਆ ਹੋਇਆ ਜੀ ਸਟੇਸ਼ਨ ਦੇ ਬਾਹਰ। ਇਧਰਲੇ ਪਾਸੇ ਇੱਕ ਹੋਟਲ ਆ ਤੇ ਇਧਰ ਬਾਹਰ ਜਾਣ ਦਾ ਰਸਤਾ, ਤੇ ਆਪਾਂ ਫਾਈਨਲੀ ਚੱਲੇ ਆ ਜੀ ਬਾਹਰ ਤੇ ਹੁਣ ਕਰਨ ਲੱਗੇ ਆ ਬੱਸ ਦਾ ਪਤਾ। ਤੇ ਹੁਣ ਦੋਸਤੋ ਇੱਥੋਂ ਜਾ ਰਹੇ ਹਾਂ ਜੀ ਆਪਾਂ ਵੈਸ਼ਨੋ ਦੇਵੀ ਮੱਥਾ ਟੇਕਣ ਵਾਸਤੇ, ਤੇ ਵੇਖਾਂਗੇ ਰਸਤੇ ਦੇ ਵਿੱਚ ਬੱਸ ਦੇ ਵਿੱਚ ਜੇ ਕੋਈ ਵਧੀਆ ਵਿਊ ਆਊਗਾ ਤੇ ਮੈਂ ਤੁਹਾਨੂੰ ਜ਼ਰੂਰ ਵਿਖਾਊਂਗਾ। ਇਹ ਵਲੌਗ ਮੈਂ ਕੱਟ ਕੱਟ ਕੇ ਬਣਾਉਂਦਾ ਤਾਂ ਕਰਕੇ ਕਿਉਂਕਿ ਤੁਸੀਂ ਬੋਰ ਨਾ ਹੋ ਸਕੋ, ਅਤੇ ਮੈਂ ਕੋਸ਼ਿਸ਼ ਕਰੂੰਗਾ ਘੱਟ ਤੋਂ ਘੱਟ ਦੋ ਪਾਰਟਾਂ 'ਚ ਬਣਾਵਾਂ। ਜੇ ਇੱਕ ਪਾਰਟ 'ਚ ਵੀ ਬਣ ਸਕਿਆ ਤਾਂ ਵੀ ਯਾਰ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ, ਮੇਰੀ ਇਹ ਕੋਸ਼ਿਸ਼ ਹੁੰਦੀ ਆ ਕਿ ਸਬਸਕ੍ਰਾਈਬ ਜ਼ਰੂਰ ਕਰਿਓ, ਵੱਧ ਤੋਂ ਵੱਧ ਸ਼ੇਅਰ ਕਰਿਓ, ਲਾਈਕ ਕਰਿਓ, ਦੱਸਿਓ ਕਿ ਤੁਹਾਨੂੰ ਕਨਸੈਪਟ ਲੱਗਾ। ਕਿਉਂਕਿ ਕਨਸੈਪਟ ਆ ਸਾਡਾ ਜਿਹੜਾ ਕਿ ਆਪਾਂ ਇਕੱਠੇ ਕਰ ਰਹੇ ਹਾਂ ਨਾ, ਉਹ ਗੱਲ ਪਤਾ ਕੀ ਚੱਕਰ ਇਹ ਆ ਮੇਰੇ ਕਹਿਣ ਦਾ, ਮਤਲਬ ਆਪਾਂ ਹਰ ਧਰਮ ਦੀ ਰਿਸਪੈਕਟ ਕਰਦੇ ਹਾਂ। ਹੁਣ ਮੈਨੂੰ ਹੁਣ ਜਿੱਦਾਂ ਮੈਨੂੰ ਸ਼ੌਂਕ ਆ ਸਿੱਖ ਧਰਮ ਨੂੰ ਫੁੱਲਣ ਦਾ, ਹੈ ਨਾ, ਕਿ ਅਤੇ ਮੈਂ ਯਾਰ ਹੁਣ ਇਹ ਹੀ ਆ ਕਿ ਸਭ ਤੋਂ ਵੱਡੀ ਗੱਲ ਕਿ ਸਾਡਾ ਹਿੰਦੂ ਨਾਲ ਕੋਈ ਵੈਰ ਨਹੀਂ, ਇਹ ਵੀ ਆਪਣਾ ਹੈ ਕੋਈ ਗੈਰ ਨਹੀਂ, ਸਾਡੀ ਕਿਸੇ ਧਰਮ ਨਾਲ ਲੱਗਦੀ ਨਹੀਂ, ਅਸੀਂ ਔਖੇ ਆ ਸਰਕਾਰਾਂ ਤੋਂ। ਸੋ ਦੋਸਤੋ ਇਹ ਗਾਣਾ ਤੁਸੀਂ ਸੁਣਿਆ ਹੀ ਹੋਣਾ ਵਾ, ਮੈਂ ਉਹ ਗੱਲ ਨੂੰ ਮੁੱਦੇ ਦੇ ਦੱਸਦੇ ਹੋਏ ਕਰਦਾ ਤੁਹਾਡੇ ਨਾਲ ਗੱਲ ਕਿ ਇਹ ਆਪਾਂ ਧਰਮਾਂ ਦੇ ਰੌਲੇ 'ਚ ਨਹੀਂ ਪੈਣਾ। ਬਸ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਮੈਂ ਤੁਹਾਨੂੰ ਇੱਕ ਵਧੀਆ ਚੀਜ਼ ਵਿਖਾ ਸਕਾਂ ਆਪਣੇ ਵਲੌਗਾਂ ਦੇ ਥਰੂ। ਅੱਜ ਕੁਝ ਵਧੀਆ ਵਿਖਾਉਣ ਦੀ ਮੈਨੂੰ ਜੇ ਮਿਲ ਰਿਹਾ ਤਾਂ ਮੈਂ ਕਿਉਂ ਨਾ ਵਿਖਾਵਾਂ ਯਾਰ, ਅਤੇ ਬਾਕੀ ਜੇ ਤੁਸੀਂ ਸਪੋਰਟ ਕਰੋਗੇ ਤਾਂ ਮੈਂ ਵਧੀਆ ਵਧੀਆ ਹੋਰ ਵੀ ਬੜਾ ਅਜੇ ਤਾਂ ਆਲ ਇੰਡੀਆ ਟਰੈਵਲ ਕਰਨਾ ਵਾ, ਅਜੇ ਤਾਂ ਸ਼ੁਰੂ ਹੀ ਹੋਇਆ ਮੈਂ। ਬਸ ਤੁਸੀਂ ਕਰੋ ਸਪੋਰਟ, ਕਰੋ ਸ਼ੇਅਰ ਕਰੋ, ਬਸ ਤੁਸੀਂ ਸਪੋਰਟ ਕਰੋ ਅਤੇ ਬਸ ਫਿਰ ਲੱਗੇ ਰਹਾਂਗੇ। ਓ ਵੀ ਮਿੱਤਰੋ ਬਾਹਰ ਚੁੱਕੇ ਹਾਂ ਜੀ ਆਪਾਂ ਵੋਲਵੋ ਬੱਸ ਦੇ ਅੰਦਰ, ਅਤੇ ਏ ਸੀ ਦਾ ਐਕਸਪੀਰੀਅੰਸ ਯਾਰ ਬਿਲਕੁਲ ਹੀ ਮਾੜਾ ਵਾ, ਅਤੇ 150 ਰੁਪਇਆ ਇੱਕ ਪਾਸੇ ਦਾ ਕਿਰਾਇਆ ਲਿਆ ਇਹਨਾਂ ਨੇ ਏਸੀ, ਆਹੋ, ਅਤੇ ਉਹ ਏਸੀ ਦੀ ਤਾਂ ਵੀ ਮੈਂ ਕਹਿੰਦਾ ਸਾਨੂੰ ਲਾਸਟ ਸੀਟ ਦਿੱਤੀ ਆ, ਇੰਨਾ ਸ਼ੁਕਰ ਹੈ ਵਿੰਡੋ ਵਾਲੀ ਸੀਟ ਮੈਨੂੰ ਮਿਲ ਗਈ। ਮੈਂ ਚਲੋ ਤੁਹਾਨੂੰ ਥੋੜ੍ਹਾ ਬਹੁਤਾ ਵਿਊ ਵਿਖਾ ਦਾਂਗੇ, ਅਤੇ ਚਲੋ ਕੋਈ ਨਹੀਂ ਕੰਟੀਨਿਊ ਰੱਖਾਂਗੇ, ਤੁਸੀਂ ਨਾਲ ਜੁੜੇ ਰਹੋ। ਅਤੇ ਦੋਸਤੋ ਹੁਣ ਆਪਾਂ ਜੰਮੂ ਸਿਟੀ ਨੂੰ ਕ੍ਰੋਸ ਕਰਦੇ ਹੋਏ ਜਾ ਰਹੇ ਹਾਂ ਜੀ ਕਟਰੇ ਵਾਲੀ ਸਾਈਡ ਨੂੰ, ਅਤੇ ਆਹ ਦੇਖੋ ਰਸਤੇ ਦੇ ਵਿੱਚ ਥੋੜ੍ਹੇ ਥੋੜ੍ਹੇ ਵਿਊ ਮੈਂ ਲੈਣ ਦੀ ਕੋਸ਼ਿਸ਼ ਕੀਤੀ, ਥੋੜ੍ਹੇ ਥੋੜ੍ਹੇ ਸ਼ੋਟ 10-15 ਸੈਕਿੰਡ ਦੇ। ਇਸ ਤੋਂ ਬਾਅਦ ਜਿਹੜਾ ਸੀ ਸਿਟੀ ਤੋਂ ਬਾਅਦ ਆਪਾਂ ਪਹਾੜੀ ਏਰੀਏ ਵੱਲ ਵੱਧਦੇ ਜਾ ਰਹੇ ਹਾਂ, ਅਤੇ ਆਹ ਸਿਟੀ ਨੂੰ ਕ੍ਰੋਸ ਕਰਕੇ ਹੁਣ ਆਪਾਂ ਪਹਾੜੀ ਏਰੀਏ ਵੱਲ ਵੱਧਦੇ ਜਾ ਰਹੇ ਹਾਂ ਜੀ ਕਟਰੇ ਵੱਲ, ਅਤੇ ਬੱਸ ਦੀ ਬੈਕ ਸਾਈਡ 'ਤੇ ਬਹਿਣ ਕਰਕੇ ਮੈਂ ਜਿੰਨੇ ਕੁ ਸ਼ੋਟ ਲੈ ਸਕਿਆ ਉਹ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਜੀ। ਇਸ ਤੋਂ ਬਾਅਦ ਇੱਕ ਟਨਲ ਆਈ ਆ, ਉਹ ਵੀ ਤੁਹਾਨੂੰ ਮੈਂ ਥੋੜ੍ਹੀ ਜਿਹੀ ਵਿਖਾਉਣ ਦੀ ਕੋਸ਼ਿਸ਼ ਕਰੂੰਗਾ। ਬਾਕੀ ਯਾਰ ਵਿਊ ਇੱਥੇ ਵਧੀਆ ਸੀ, ਅਤੇ ਮੌਸਮ ਵੀ ਆਪਣਾ ਠੀਕ ਠਾਕ ਸੀ, ਨਾ ਬਹੁਤੀ ਗਰਮੀ ਸੀ ਅਤੇ ਨਾ ਬਹੁਤੀ ਮਤਲਬ ਕਿ ਠੀਕ ਠਾਕ ਜਿਹਾ ਸੀ, ਨੋਰਮਲ ਸੀ, ਮਤਲਬ ਕਿ 30-32 ਟੈਂਪਰੇਚਰ ਸੀ। ਮਿੱਤਰੋ ਟਨਲ ਆ ਚੁੱਕੀ ਆ, ਜੋ ਕਿ ਕਾਫੀ ਟਨਲ ਆਈਆਂ ਵਾ ਜੀ ਰਸਤੇ ਦੇ ਵਿੱਚ। ਬਾਕੀ ਯਾਰ ਬਾਹਰ ਦਾ ਵਿਊ ਆਪਾਂ ਤਾਂ ਨਹੀਂ ਵਿਖਾ ਸਕਦੇ, ਆਪਾਂ ਲਾਸਟ ਸੀਟ 'ਤੇ ਬੈਠੇ ਹੋਏ। ਦੋਸਤੋ ਇਹ ਪਹਾੜ ਜਿਹੜੇ ਤੁਸੀਂ ਦੇਖ ਰਹੇ ਹੋ ਨਾ, ਇਹ ਆਪਣੇ ਸ਼੍ਰੀਨਗਰ ਵਾਲੇ ਪਹਾੜ ਆ, ਮਤਲਬ ਕਿ ਇਹ ਜਿਹੜੇ ਆਪਾਂ ਸ਼੍ਰੀਨਗਰ ਨੂੰ ਜਦੋਂ ਜਾਈਦਾ ਨਾ, ਇਸ ਤੋਂ ਉੱਧਰਲੀ ਸਾਈਡ ਦੇ ਸ਼੍ਰੀਨਗਰ ਆ, ਇਹ ਇੱਥੋਂ ਦੇਖਦੇ ਆ ਆਪਾਂ ਜਿਹੜੇ ਇਸ ਟਾਈਮ ਆ ਕਟਰੇ ਵਾਲੇ ਰੋਡ 'ਤੇ ਹਾਂ, ਅਤੇ ਸਾਨੂੰ ਸਾਹਮਣੇ ਉਹ ਪਹਾੜ ਦਿਖ ਰਹੇ ਸੀ, ਅਤੇ ਮੈਂ ਤੁਹਾਨੂੰ ਥੋੜ੍ਹੀ ਜਿਹੀ ਵਿਖਾਉਣ ਦੀ ਕੋਸ਼ਿਸ਼ ਕੀਤੀ। ਅਤੇ ਮਿੱਤਰੋ ਰਾਹ ਦੇ ਵਿੱਚ ਆਪਾਂ ਸਟੇਅ ਕੀਤਾ ਵਾ, ਬੱਸ ਨੇ ਸਟੇਅ ਕਰਾਇਆ ਵਾ, ਅਤੇ ਯਾਰ ਜਿਹੜੇ ਆਸੇ ਪਾਸੇ ਦੇ ਸ਼ੋਟ ਆ ਮੈਂ ਘੱਟ ਵਿਖਾਏ, ਇਸ ਕਰਕੇ ਕਿਉਂਕਿ ਆਪਾਂ ਨੂੰ ਨਾ ਬੱਸ ਦੀ ਲਾਸਟ ਸੀਟ ਮਿਲੀ, ਅਤੇ ਜਿੰਨੇ ਕੁ ਵਿਖਾ ਸਕਿਆ ਪ੍ਰਵਾਨ ਕਰਿਓ, ਅਤੇ ਬਾਕੀ ਆਪਾਂ ਕੈਰੀ ਔਨ ਰੱਖਣੇ ਆ ਵਲੋਗ। ਇੱਥੇ ਖਲੋ ਕੇ ਇੱਕ ਵਾਰੀ ਤੁਹਾਨੂੰ ਥੋੜ੍ਹੀ ਜਿਹੀ ਲੋਕੇਸ਼ਨ ਦਿਖਾਉਣ ਨਾ, ਇਹਨਾਂ ਨੇ ਢਾਬੇ 'ਤੇ ਬੱਸ ਰੋਕੀ ਹੋਈ, ਇਹਨਾਂ ਦਾ ਕੰਟਰੈਕਟ ਹੁੰਦਾ ਨਾ ਇਹਨਾਂ ਨਾਲ ਕਿ ਹਾਂ ਵੀ ਆਪਾਂ ਖਵਾਉਣਾ ਪਿਆਉਣਾ, ਕਮਿਸ਼ਨ ਹੁੰਦੀ ਇਹਨਾਂ ਦੀ ਸਿੱਧੀ ਗੱਲ ਆ। ਅਤੇ ਇੱਥੇ ਖਲੋ ਕੇ ਮੈਂ ਤੁਹਾਨੂੰ ਦਿਖਾਉਂਦਾ ਥੋੜ੍ਹੀ ਜਿਹੀ ਲੋਕੇਸ਼ਨ। ਲਓ ਵੀ ਮਿੱਤਰੋ ਇੱਥੋਂ ਚੈੱਕ ਕਰੋ ਤੁਸੀਂ ਲੋਕੇਸ਼ਨ ਸਾਰੀ, ਉਹ ਦੂਰ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਪਹਾੜੀ ਏਰੀਆ, ਜਿਹੜੇ ਉਹ ਸਾਹਮਣੇ ਤੁਹਾਨੂੰ ਪਹਾੜ ਦਿਖਣ ਡੇ ਨਾ, ਇਹ ਜੰਮੂ ਕਸ਼ਮੀਰ ਵਾਲੇ ਕਸ਼ਮੀਰ ਵਾਲੇ ਪਹਾੜ ਆ, ਇਹ ਜਿਹੜੇ ਪਹਾੜ ਆ ਇਹ ਕਸ਼ਮੀਰ ਵਾਲੇ ਆ, ਇਹਦੇ ਤੋਂ ਉਧਰਲੀ ਸਾਈਡ 'ਤੇ ਕਸ਼ਮੀਰ ਆ, ਅਤੇ ਆਪਾਂ ਜਾਣਾ ਵਾ ਇੱਧਰਲੀ ਸਾਈਡ 'ਤੇ ਜੰਮੂ ਵਾਲੀ ਸਾਈਡ 'ਤੇ ਕਟਰੇ ਵਾਲੀ ਸਾਈਡ 'ਤੇ, ਉਹ ਜਿਹੜੇ ਸਾਹਮਣੇ ਪਹਾੜ ਆ ਉਧਰਲੇ ਇੱਥੋਂ ਉਧਰਲੇ ਸਾਈਡ 'ਤੇ ਕਸ਼ਮੀਰ ਆ, ਮਤਲਬ ਕਿ 100-150 ਕਿਲੋਮੀਟਰ ਦੇ ਲਾਗੇ। ਅਤੇ ਇੱਥੇ ਰੁਕੇ ਹਾਂ ਜੀ ਕੁਛ ਲੈਣ ਵਾਸਤੇ, ਠੰਡੀ ਹੈ ਨਾ, ਇਹਨਾਂ ਦੀ 20 ਦੀ ਆ, ਅਤੇ ਆਹ ਲਈ ਸੀ ਦੋਸਤੋ ਪੀਣ ਵਾਸਤੇ ਸਵੇਰ ਦਾ ਨਾ, ਯਾਰ ਪੇਟ ਬੜਾ ਖਰਾਬ ਚੱਲਣ ਡਿਆ ਸੀ, ਅਤੇ ਮੈਂ ਨਾ ਘੱਟ ਹੀ ਖਾਣ ਇਸ ਕਰਕੇ, ਪਹਾੜੀ ਏਰੀਏ 'ਚ ਵੈਸੇ ਵੀ ਮੈਨੂੰ ਥੋੜ੍ਹੀ ਜਿਹੀ ਦਿੱਕਤ ਹੁੰਦੀ ਆ। ਯਾਰ ਆਹ ਜਿਹੜੀ ਹੁਣ ਇਹ ਪੀਤੀ ਨਾ, ਇਹਦਾ ਟੇਸਟ ਨਹੀਂ ਮੈਨੂੰ ਵਧੀਆ ਲੱਗਾ ਯਾਰ, ਆਪਣੇ ਵਰਗੇ ਨਾ ਉੱਥੇ ਮੈਨੂੰ ਟੰਡਰ ਕੋਲ ਪੁੱਛਦੇ ਆਪਾਂ ਕਿੱਦਾਂ ਲੱਗਾ ਯਾਰ ਟੰਡੇ ਦਾ ਟੇਸਟ,
ਇਹਦਾ ਟੇਸਟ ਠੀਕ ਠਾਕ ਜਿਹਾ ਯਾਰ ਬੱਕ ਬੱਕਿਆ ਰਹਿਣਾ ਬੱਕ ਬੱਕਿਆ ਯਾਰ ਕਿਉਂਕਿ ਲੋਕਲ ਬ੍ਰਾਂਡ ਨਾ ਹਾਂ ਆਪਣੇ ਉੱਥੇ ਜਿੱਦਾਂ ਬਾ ਮੈਂਗੋ ਵਾਲੀ ਥੋੜੀ ਵੀ ਪੀਨੇ ਆ ਨਾ ਤੇ ਪੂਰਾ ਰੀਅਲ ਰੀਅਲ ਟੇਸਟ ਆਉਂਦਾ ਵਾ ਇੱਥੇ ਐ ਲੱਗਣੇ ਤਾਂ ਕੋਈ ਬੱਕ ਬੱਕਿਆ ਜਾਂ ਨਾ ਕੋਈ ਪੁਰਾਣੀ ਰੱਖੀ ਹੁੰਦੀ ਜਿੱਦਾਂ ਆਪਾਂ ਇਸੇ ਕਰਕੇ ਆਪਾਂ ਜ਼ਿਆਦਾ ਖਾ ਨਹੀਂ ਡੇ ਕਿਉਂਕਿ ਇੱਕ ਤਾਂ ਯਾਰ ਸਫ਼ਰ ਕਰਨੇ ਆ ਦੂਜੇ ਨੰਬਰ 'ਤੇ ਬਾਅਦ 'ਚੋਂ ਪੇਟ ਖਰਾਬੀ ਹੋ ਜਾਂਦੀ ਫਿਰ ਸਫ਼ਰ ਕਰਨ ਵਿੱਚ ਦਿੱਕਤ ਹੋ ਜਾਂਦੀ ਆ ਲੋ ਜੀ ਹਰਮਨ ਭਾਈ ਕੀ ਲੈ ਗਿਆ ਜੇ ਯਾਰ ਮੈਂ ਚੱਲ ਥੋੜ੍ਹਾ ਬਹੁਤਾ ਖਾ ਲਈਏ ਖਾਧਾ ਨਹੀਂ ਦੇਰ ਦਾ ਅੱਛਾ ਗਰਮੀਆਂ ਚ ਪੀਨਟ ਖਾਣਗੇ ਪਰ ਭਾਜੀ ਚਲੋ ਕੋਈ ਗੱਲ ਨੀ ਸਟ੍ਰੀਮਾਂ ਲੈ ਕੇ ਆਏ ਨੇ ਭੁੱਲਰ ਸਾਹਿਬ ਇਹ ਲੋ ਜੀ ਕੁਆਲਿਟੀ ਬੋਲਦੀ ਓਏ ਪਿਆਰ ਪੈ ਗਿਆ ਵਛੜੇ ਨਾਲ ਹਰਮਨ ਸਾਹਿਬ ਜੀ ਦਾ ਤੇ ਉਹ ਪਿੱਛੇ ਪਿੱਛੇ ਆ ਰਹੀ ਹੈ ਆ ਦੇ ਰਹੀ ਇਹਨੂੰ ਆ ਨਹੀਂ ਦਵਾਂ ਕਿੱਦਾਂ ਮੈਂ ਮੂੰਹ ਨਾਲ ਹਰਮਨ ਭਾਜੀ ਪੀਨਟ ਖਵਾ ਲੱਗੇ ਨੇ ਮਿੱਤਰੋ ਪਹੁੰਚ ਚੁੱਕੇ ਹਾਂ ਜੀ ਆਪਾਂ ਕਟਰੇ ਸ਼ਹਿਰ ਦੇ ਵਿੱਚ ਅਤੇ ਹੁਣ ਇੱਥੇ ਫਰੈਸ਼ ਫਰੁਸ਼ ਹੋ ਕੇ ਜਾਂਦੇ ਹਾਂ ਪਹਿਲੇ ਮੈਂ ਤੁਹਾਨੂੰ ਮਾੜਾ ਜਿਹਾ ਵਿਊ ਵਿਖਾ ਰਹਾਂ ਉਹ ਵੀ ਮਿੱਤਰੋ ਕਰੋ ਵੀ ਚੈੱਕ ਕਰੋ ਜੀ ਆਹ ਸਾਹਮਣੇ ਜਿਹੜੀਆਂ ਪਹਾੜੀਆਂ ਨਾ ਇੱਥੇ ਆਪਾਂ ਚੜ੍ਹਾਈ ਚੜ੍ਹਨੀ ਆ ਹੁਣੇ ਅਤੇ ਟੰਡਨ ਸਾਹਿਬ ਆਪਣੇ ਪੂਰੇ ਐਕਸਾਈਟਿਡ ਹੋਏ ਪਏ ਆ ਅਤੇ ਵੇਖੋ ਫਰੈਸ਼ ਫਰੁਸ਼ ਹੋ ਕੇ ਮਿਲਦੇ ਤੁਹਾਨੂੰ ਆਪਾਂ ਕਰੋ ਜੀ ਮਿੱਤਰੋ ਆਹ ਸਾਨੂੰ ਆਈ ਕਾਰਡ ਜੇ ਮਿਲੇ ਆ ਅਤੇ ਰਜਿਸਟ੍ਰੇਸ਼ਨ ਆਪਾਂ ਕਰਵਾਈ ਆ ਉੱਤੇ ਚੜ੍ਹਾਈ ਕਰਨ ਵਾਸਤੇ ਇਹ ਪਹਿਲਾਂ ਕਰਵਾਉਣੀ ਪੈਂਦੀ ਆ ਰੋਜ਼ ਨਾ ਮਤਲਬ 9 ਵਜੇ ਤੋਂ ਪਹਿਲਾਂ ਆਉਂਦੀ ਆ ਅਤੇ ਆਪਾਂ ਪਹੁੰਚ ਗਏ ਅਸੀਂ 5:30-6 ਵਜਣ ਡੇ ਇਸ ਟਾਈਮ 5:30 ਹੋਣ ਡੇ ਆ ਟਾਈਮ ਸਿਰ ਆਪਾਂ ਪਹੁੰਚ ਗਏ ਅਸੀਂ ਅਤੇ ਆਪਾਂ ਜਿਹੜਾ ਚੜ੍ਹਾਈ ਸ਼ੁਰੂ ਕਰਨੀ ਆ ਵੇਖੋ ਕਿੰਨੇ ਵਜੇ ਤੱਕ ਪਹੁੰਚਦੇ ਉੱਤੇ ਬਾਕੀ ਰਸਤੇ 'ਚ ਥੋੜ੍ਹੇ ਜਿਹੇ ਸ਼ੋਟ ਲਊਂਗਾ ਮੈਂ ਜ਼ਿਆਦਾ ਲੰਬਾ ਨਹੀਂ ਖਿੱਚੂੰਗਾ ਵਲੋਗ ਬਾਕੀ ਜਿਹੜਾ ਵਲੋਗ ਆ ਮੈਂ ਸੈਕਿੰਡ ਪਾਰਟ ਦੇ ਵਿੱਚ ਪਾਊਂਗਾ ਅਤੇ ਦੋਸਤੋ ਕਟਰੇ ਦੇ ਬਾਜ਼ਾਰ ਵਿੱਚ ਤੁਰੇ ਜਾ ਰਹੇ ਹਾਂ ਅਤੇ ਰਾਹ ਦੀਆਂ ਰੌਣਕਾਂ ਛੌਣਕਾਂ ਵੇਖ ਰਹੇ ਹਾਂ ਅਤੇ ਯਾਰ ਭੀੜ ਤਾਂ ਠੀਕ ਠਾਕ ਆ ਮਤਲਬ ਲੋਕ ਆ ਰਹੇ ਨੇ ਅਤੇ ਬਾਕੀ ਗਰਮੀ ਬਹੁਤ ਜ਼ਿਆਦਾ ਵੀ ਨਹੀਂ ਆ ਬਹੁਤ ਘੱਟ ਵੀ ਨਹੀਂ ਆ ਠੀਕ ਠਾਕ ਆ ਸ਼ਾਮ ਦਾ ਸਮਾਂ ਥੋੜ੍ਹਾ ਜਿਹਾ ਹੋ ਚੁੱਕਿਆ ਸੀ ਅਤੇ ਮੌਸਮ ਠੀਕ ਹੋਆ ਮਤਲਬ ਕਿ ਆਪਣੇ ਉੱਧਰ ਨਾਲ ਥੋੜ੍ਹਾ ਜਿਹਾ ਘੱਟ ਆ ਅਤੇ ਆਪਣੇ ਉੱਧਰ ਤਾਂ ਇਸ ਟਾਈਮ ਵੀ ਬੜੀ ਗਰਮੀ ਹੁੰਦੀ ਆ ਆਹ ਦੇਖੋ ਦੋਸਤੋ ਇੱਥੇ ਛੋਟੇ ਛੋਟੇ ਟੈਂਪੂ ਕਿੱਦਾਂ ਦੇ ਚੱਲਦੇ ਯਾਰ ਆਹ ਦੇਖਿਓ ਆਹ ਦੇਖਿਓ ਇਹ ਨਾ ਮੀਟਰ ਵਾਲੇ ਟੈਂਪੂ ਆ ਅਸਲ 'ਚ ਜਿੱਦਾਂ ਦਿੱਲੀ 'ਚ ਨਹੀਂ ਚੱਲਦੇ ਯਾਰ ਇਹਨੂੰ ਮੈਂ ਹਿਸਾਬ ਨਾਲ ਨਾ ਜੰਮੂ 'ਚ ਵੀ ਬਹੁਤ ਜ਼ਿਆਦਾ ਚੱਲਦੇ ਆ ਟੈਂਪੂ ਇਹ ਇਹਨਾਂ ਦਾ ਮੀਟਰ ਚੱਲਦਾ ਵਾ ਮੀਟਰ ਦੇ ਹਿਸਾਬ ਨਾਲ ਪੈਸੇ ਲੈਂਦੇ ਆ ਆਹ ਦੇਖੋ ਮੈਂ ਤੁਹਾਨੂੰ ਦਿਖਾਉਂਦਾ ਇੱਥੇ ਲੱਗਾ ਹੁੰਦਾ ਵਾ ਨਹੀਂ ਨਹੀਂ ਉੱਕਾ ਪੱਕਾ ਨਹੀਂ ਆ ਭਾਊ ਮੀਟਰ ਦੇ ਹਿਸਾਬ ਨਾਲ ਲੈਂਦੇ ਵੀਰ ਮੇਰੇ ਕਿਲੋਮੀਟਰ ਦੇ ਹਿਸਾਬ ਨਾਲ ਢਾਬੇ ਢੁੱਬੇ ਬਥੇਰੇ ਆ ਆਹ ਫੋਟੋ ਫੂਟ ਖਿੱਚਣ ਵਾਸਤੇ ਕਾਫੀ ਆ ਚੀਜ਼ ਤੁਹਾਨੂੰ ਇੱਕ ਮੈਂ ਤੇ ਖਲੋ ਕੇ ਦਿਖਾਉਂਦਾ ਮਾੜੀ ਜੀ ਆਹ ਚੈੱਕ ਕਰੋ ਯਾਰ ਆਹ ਜੀ ਵੇਖਣ ਵਾਲੀ ਯਾਰ ਬਾਕੀ ਜਾ ਰਹੇ ਹਾਂ ਨਾਲੋ ਨਾਲ ਜੀ ਅਤੇ ਕਾਫੀ ਯਾਰ ਵਧੀਆ ਚੀਜ਼ ਆ ਇੰਟਰਸਟਿੰਗ ਆ ਮੈਨੂੰ ਤਾਂ ਕੋਈ ਨਵਾਂ ਐਕਸਪੀਰੀਅੰਸ ਕਰਨ ਨੂੰ ਮਿਲ ਰਿਹਾ ਯਾਰ ਅੱਜ ਆਟੋ ਜੀ ਬੜੇ ਸੋਹਣੇ ਲੱਗਣ ਡੇ ਮੈਨੂੰ ਬੜੇ ਇਹਨਾਂ ਨੇ ਨਾ ਵਧੀਆ ਤਰੀਕੇ ਨਾਲ ਰੱਖੇ ਆ ਅਤੇ ਆਉਣਾ ਹਰ ਇੱਕ ਜਗ੍ਹਾ 'ਤੇ ਇੱਦਾਂ ਦੇ ਤੁਹਾਨੂੰ ਮਾਡਲਸ ਮਿਲ ਜਾਣਗੇ ਇੱਦਾਂ ਦੇ ਕੱਪੜੇ ਪਹਿਣ ਕੇ ਮਤਲਬ ਕਿ ਤੁਸੀਂ ਫੋਟੋ ਵਗੈਰਾ ਖਿਚਾ ਸਕਦੇ ਹੋ ਆਹ ਯਾਰ ਸਟੈਚੂ ਚੈੱਕ ਕਰੋ ਕਿੱਡੇ ਸੋਹਣੇ ਆ ਆਹ ਮਾਤਾ ਜੀ ਦਾ ਸਟੈਚੂ ਨਾਲ ਸ਼ੰਕਰ ਜੀ ਦਾ ਚੁੰਨੀਆਂ ਵਗੈਰਾ ਸਾਰਾ ਜੋ ਵੀ ਇੱਥੋਂ ਮਤਲਬ ਕਿ ਮਟੀਰੀਅਲ ਤੁਸੀਂ ਲੈ ਕੇ ਜਾ ਸਕਦੇ ਹੋ ਤੁਹਾਨੂੰ ਥਾਂ ਥਾਂ 'ਤੇ ਇੱਥੇ ਨਾ ਜਿੱਦਾਂ ਦੁਕਾਨਾਂ ਮਿਲ ਜਾਣਗੀਆਂ ਤੁਸੀਂ ਖਲੋ ਕੇ ਆਪਣਾ ਸਮਾਨ ਖਰੀਦ ਸਕਦੇ ਜੇ ਫੋਟੋਆਂ ਖਿਚਾ ਸਕਦੇ ਜੇ ਹੋਰ ਵੀ ਬੜਾ ਕੁਛ ਐਕਟੀਵਿਟੀ ਇੱਥੇ ਹੈਗੀ ਆ ਉਹ ਯਾਰ ਆ ਬੜੇ ਜ਼ਿਆਦਾ ਆਟੋ ਇੱਥੇ ਨਿੱਕੇ ਨਿੱਕੇ ਜੇ ਆਹ ਵੇਖਿਓ ਇਹਨਾਂ ਦੇ ਸਾਈਜ਼ ਕਿੰਨੇ ਯਾਰ ਛੋਟੇ ਛੋਟੇ ਜੇ ਅਤੇ ਨਾ ਇੱਧਰਲੇ ਨਾ ਇੱਧਰਲੇ ਪਾਸੇ ਨੇ ਝੰਡੇ 'ਚ ਵੀ ਬੰਨੇ ਇੱਥੇ ਜੈ ਮਾਤਾ ਦੀ ਲਿਖਿਆ ਛੋਟੇ ਛੋਟੇ ਦੇ ਇਹ ਲੋਕ ਸਿਰ 'ਤੇ ਵੀ ਮੰਨਦੇ ਟੰਡਨ ਨੇ ਵੀ ਲਿਆ ਕੇ ਬੰਨਣ ਵਾਸਤੇ ਇਹ ਅੱਗੇ ਜਾ ਕੇ ਬੰਨਾਂਗੇ ਫਰੈਸ਼ ਫਰੁਸ਼ ਹੋ ਕੇ ਟੰਡਨ ਬੰਨੂਗਾ ਬਾਕੀ ਯਾਰ ਆਟੋ ਬੜੇ ਵਧੀਆ ਸ਼ੇਪ ਲੱਗੀ ਹੋਈ ਨੇ ਇਹਦੀ ਇੱਥੋਂ ਵਿਊ ਚੈੱਕ ਕਰੋ ਦੋਸਤੋ ਅਤੇ ਆਪਾਂ ਨਾ ਉਹ ਪਹਾੜਾਂ ਦੇ ਬੈਕ ਸਾਈਡ 'ਤੇ ਜਾਣਾ ਵਾ ਹੈ ਨਾ ਇਹ ਘੱਟੋ ਘੱਟ ਮੇਰੇ ਹਿਸਾਬ ਨਾਲ 20 ਕਿਲੋਮੀਟਰ ਦੀ ਹੋ ਗਈ ਹੈ ਨਾ ਆਹੋ ਬਾਕੀ ਵੇਖੋ ਆਪਾਂ ਆਪਾਂ ਰੱਬ ਦਾ ਨਾਂ ਲੈ ਕੇ ਚੜ੍ਹੀ ਜਾਣਾ ਵਾ ਅਤੇ ਬਾਕੀ ਤੁਹਾਨੂੰ ਮੈਂ ਬਾਕੀ ਯਾਰ ਇਹ ਜਿਹੜਾ ਵਲੋਗ ਨਾ ਉਹ ਕਿਹੜਾ ਬਾਲ ਲੀਲਾ ਕੀ ਨਾਮ ਦਾ ਇਹ ਜਿਹੜਾ ਵਲੋਗ ਆ ਬਾਲ ਗੰਗਾ ਤੱਕ ਆਪਾਂ ਬਣਾਉਣਾ ਵਾ ਉਸ ਤੋਂ ਬਾਅਦ ਇਹਦਾ ਜਿਹੜਾ ਵਲੋਗ ਦਾ ਸੈਕਿੰਡ ਪਾਰਟ ਆਪਾਂ ਉੱਥੋਂ ਸ਼ੁਰੂ ਕਰਾਂਗੇ ਠੀਕ ਹੈ ਨਾ ਬਾਲ ਗੰਗਾ ਤੋਂ ਬਾਅਦ ਆਪਾਂ ਅਗਲੇ ਵਲੋਗ ਦਾ ਸੈਕਿੰਡ ਪਾਰਟ ਸ਼ੁਰੂ ਕਰ ਦਾਂਗੇ ਗੰਗਾ ਨਾ ਦੱਸ ਰਿਹਾ ਸੀ ਟੰਡਨ ਕਿ ਮਾਤਾ ਜੀ ਨੇ ਉੱਥੇ ਆਪਣੇ ਜਿਹੜੇ ਕੇਸ ਸੀ ਉਹ ਧੋਤੇ ਸੀ
ਅਤੇ ਉੱਥੇ ਆਪਾਂ ਥੋੜ੍ਹਾ ਦੇਰ ਰੁਕਣਾ, ਦਰਸ਼ਨ ਕਰਨੇ ਨੇ ਅਤੇ ਥੋੜ੍ਹਾ ਫਰੈਸ਼ ਵਗੈਰਾ ਹੋਣਾ ਉੱਥੇ ਲਾਗੇ, ਅਤੇ ਉਸ ਤੋਂ ਬਾਅਦ ਇਸੇ ਵਲੋਗ ਦਾ ਸੈਕਿੰਡ ਪਾਰਟ ਤੁਹਾਨੂੰ ਅਗਲੀ ਵਲੋਗ ਦੇ ਵਿੱਚ ਵੇਖਣ ਨੂੰ ਮਿਲ ਜੂਗਾ। ਅਤੇ ਜੇ ਤੁਹਾਨੂੰ ਵਲੋਗ ਇੱਥੋਂ ਤੱਕ ਵਧੀਆ ਲੱਗਿਆ ਵਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਬਾਲ ਗੰਗਾ ਜਾ ਕੇ ਇਹ ਵਲੋਗ ਦਾ ਜਿਹੜਾ ਆਪਾਂ ਇੱਥੇ ਸਮਾਪਤੀ ਕਰ ਦੇਣੀ ਆ, ਉਸ ਤੋਂ ਬਾਅਦ ਜਿਹੜੀ ਆ ਉਸ ਤੋਂ ਬਾਅਦ ਜਿਹੜਾ ਸੈਕਿੰਡ ਪਾਰਟ ਉੱਥੋਂ ਆਪਾਂ ਸਟਾਰਟ ਕਰਾਂਗੇ, ਮੈਂ ਉੱਥੋਂ ਸਿੱਧਾ ਹੀ ਕੰਟੀਨਿਊ ਕਰ ਦੂੰਗਾ ਅਤੇ ਬਾਕੀ ਦੇਖਦੇ ਹਾਂ ਜੀ। ਲਓ ਵੀ ਮਿੱਤਰੋ, ਬਾਜ਼ਾਰ ਵਿੱਚੋਂ ਲੰਘਦੇ ਹੋਏ ਅਸੀਂ ਜਾ ਰਹੇ ਹਾਂ ਜੀ ਬਾਲ ਗੰਗਾ ਵਾਲੀ ਸਾਈਡ 'ਤੇ, ਅਤੇ ਬਾਲ ਗੰਗਾ ਪਹੁੰਚ ਕੇ ਅਤੇ ਆਪਾਂ ਆਪਣਾ ਪੰਜ ਇਸ਼ਨਾਨਾ ਕਰਕੇ ਉਸ ਤੋਂ ਬਾਅਦ ਜਿਹੜੀ ਆ ਚੜ੍ਹਾਈ ਦੇ ਆਪਾਂ ਸਟਾਰਟ ਕਰਤੀ ਆ, ਅਤੇ ਉਸ ਤੋਂ ਬਾਅਦ ਆਪਾਂ ਜਿਹੜਾ ਸੈਕਿੰਡ ਪਾਰ ਕੰਟੀਨਿਊ ਕਰਾਂਗੇ। ਅਤੇ ਲਓ ਵੀ ਮਿੱਤਰੋ, ਪਹੁੰਚ ਗਏ ਹਾਂ ਜੀ ਆਪਾਂ ਬਾਲ ਗੰਗਾ ਦੀ ਲੋਕੇਸ਼ਨ 'ਤੇ, ਅਤੇ ਆਹ ਥੱਲੋਂ ਮੈਂ ਤੁਹਾਨੂੰ ਵਿਖਾਉਂਦੀ ਉੱਥਲੇ ਪਾਸੋਂ ਡਿਆਂ ਕੋਸ਼ਿਸ਼ ਕਰਨ, ਆਹ ਥੱਲੇ ਦੀ ਲੋਕੇਸ਼ਨ ਆ, ਅਤੇ ਆਹ ਪਾਣੀ ਦੇਖੋ ਜੀ ਆ ਰਿਹਾ ਵਾ, ਅਤੇ ਇੱਧਰਲੀ ਸਾਈਡ 'ਤੇ ਲੋਕ ਇਸ਼ਨਾਨ ਵਗੈਰਾ ਵੀ ਕਰ ਰਹੇ ਨੇ ਅਤੇ ਆਪਣਾ ਥੋੜ੍ਹਾ ਬਹੁਤਾ ਇੰਜੋਇਮੈਂਟ ਵੀ ਕਰ ਰਹੇ ਨੇ। ਆਹ ਦੇਖੋ ਮੈਂ ਤੁਹਾਨੂੰ ਪਾਣੀ ਦਾ ਜਿਹੜਾ ਝਰਨਾ ਆ ਰਿਹਾ ਨਾ ਇਹ ਇੱਕ ਵਾਰੀ ਦਿਖਾ ਦਿੰਦਾ ਵਾਂ, ਇਹ ਜਿਹੜਾ ਝਰਨਾ ਵਾ ਉੱਤੋਂ ਪਹਾੜਾਂ ਦੇ ਵਿੱਚ ਵਾ ਰਿਹਾ ਵਾ, ਉਹ ਦੇਖੋ ਉੱਥੋਂ ਹੋ ਕੇ ਇੱਧਰ ਜਾਂਦਾ ਵਾ। ਅਤੇ ਦੋਸਤੋ ਆਪਾਂ ਪਹੁੰਚ ਗਏ ਹਾਂ ਜੀ ਬਾਲ ਗੰਗਾ, ਅਤੇ ਇਹ ਜਿਹੜਾ ਵਲੋਗ ਆ ਮੈਂ ਇੱਥੇ ਐਂਡ ਕਰਨ ਲੱਗਾ ਵਾਂ, ਅਤੇ ਮੈਂ ਮਿਲਦਾ ਤੁਹਾਨੂੰ ਇੱਕ ਸੈਕਿੰਡ ਪਾਰਟ ਨਾਲ ਇਸੇ ਵਲੋਗ ਦੇ, ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਸੋ ਮਿਲਦੇ ਹਾਂ ਜੀ ਸੈਕਿੰਡ ਪਾਰਟ ਨਾਲ, ਸੋ ਉਨੀ ਦੇਰ ਲਈ ਸਤਿ ਸ਼੍ਰੀ ਅਕਾਲ।